ਅਸੀਂ ਕਹਿੰਦੇ ਕਿਸਾਨੀ ਮਸਲੇ ਦਾ ਹੱਲ ਹੋ ਜੂ ਤੇ ਹਜੇ ਵੀ ਕੋਈ ਗੱਲਬਾਤ ਹੁੰਦੀ ਨਜ਼ਰ ਨਹੀਂ ਆਉਂਦੀ। ਦੂਜੇ ਪਾਸੇ ਕੈਪਟਨ ਵਾਲੀ ਇੱਕ ਕਿਤੇ ਨਾ ਕਿਤੇ ਰੀ ਚੱਲਦੀ ਨਜ਼ਰ ਆਈ। ਸ਼ਾਦੀਪੁਰ ਜੀ ਸਾਡੇ ਨਾਲ ਨੇ। ਸ਼ਾਦੀਪੁਰ ਜੀ ਦੇਖਿਆ ਜਾਵੇ ਲੱਗਦਾ ਇਹ ਸੀ ਕਿ ਦੀਵਾਲੀ ਨੇੜੇ ਗੱਲਾਂ ਸ਼ੁਰੂਆਤ ਹੋ ਗਈ ਸੀ ਵੀ ਦੀਵਾਲੀ ਨੇੜੇ ਜੀ ਗੱਲ ਨਿਬੜ ਜੂਗੀ ਕਿਸਾਨੀ ਦੀ, ਪਰ ਗੱਲ ਤਾਂ ਉੱਥੇ ਦੀ ਉੱਥੇ ਖੜੀ ਆ, ਕੋਈ ਚੱਲੇ ਨਹੀਂ ਚੈਨਲ। ਕੋਈ ਗੱਲਬਾਤ ਨਹੀਂ, ਜਿੰਨਾ ਚਿਰ ਭਾਜਪਾ ਮਨ ਸਾਫ਼ ਨਹੀਂ ਕਰਦੀ, ਨੀਅਤ ਨੂੰ ਸਾਫ਼ ਨਹੀਂ ਕਰਦੀ, ਕਿਸਾਨਾਂ ਨੂੰ ਆਪਣੇ ਨਹੀਂ ਸਮਝਦੀ, ਗੱਲ ਬਣਨ ਵਾਲੀ ਨਹੀਂ। ਅਜੇ ਭਾਜਪਾ ਕਿਸਾਨਾਂ ਨੂੰ ਦੂਜੇ ਸਮਝਦੀ। ਜਿੱਦਣ ਭਾਜਪਾ ਦੇ ਮਨ 'ਚ ਇਹ ਗੱਲ ਆ ਗਈ ਕਿ ਇਹ ਲੋਕ ਉਹੀ ਨੇ ਜਿਨ੍ਹਾਂ ਨੇ ਵੋਟਾਂ ਪਾ ਕੇ, ਇਹਦੇ 'ਚੋਂ 50% ਤੋਂ ਲੋਕ ਜ਼ਿਆਦਾ ਉਹ ਅੰਦੋਲਨ 'ਚ ਜਿਹੜੇ ਬੈਠੇ ਆ, 50% ਤੋਂ ਵੱਧ ਲੋਕ ਉਹ ਹੋਣਗੇ ਜਿਨ੍ਹਾਂ ਨੇ ਵੋਟਾਂ ਇਹਨਾਂ ਨੂੰ ਪਾਈਆਂ, ਤਾਂ ਹੀ ਇੰਨੀਆਂ ਸੀਟਾਂ ਆਈਆਂ ਨਾ। 50% ਤੋਂ ਵੱਧ ਉਹ ਲੋਕ ਨੇ, ਪਰ ਇਹ ਉਹਨਾਂ ਨੂੰ ਵੀ ਭੁੱਲ ਗਏ। ਸਾਨੂੰ ਤਾਂ ਰਹਿਣ ਦੇਣ ਸਾਈਡ 'ਤੇ, ਠੀਕ ਹੈ ਨਾ। ਇਹ ਉਹਨਾਂ ਲੋਕਾਂ ਨੂੰ ਵੀ ਭੁੱਲ ਗਏ ਵੀ ਇਹਨਾਂ ਨੇ ਸਾਨੂੰ ਤਾਕਤ 'ਚ ਲੈ ਕੇ ਆਉਂਦਾ, ਅਤੇ ਜਿੱਦਣ ਇਹ ਸਮਝਣਗੇ ਵੀ ਇਹਨਾਂ ਲੋਕਾਂ ਦੀ ਸਾਨੂੰ ਦੁਬਾਰੇ ਲੋੜ ਆ, ਫਿਰ ਸ਼ਾਇਦ ਕਿਸੇ ਟਿਕਾਣੇ ਲਾਉਣਗੇ। ਹਲਦੀ ਘੜੀ ਉਹ ਭੁੱਲੇ ਆ। ਦੀਵਾਲੀ ਵਾਲੀ ਗੱਲ ਸ਼ੁਰੂਆਤ ਕਿੱਥੋਂ ਹੋਈ ਸੀ ਜੀ, ਕੋਈ ਸਮਝ ਨਹੀਂ ਲੱਗੀ। ਕੈਪਟਨ ਨੂੰ ਦੇਖਦੇ ਹੋਏ ਜ਼ਰੂਰ ਲੱਗਦਾ ਸੀਗਾ ਵੀ ਸ਼ਾਇਦ ਕੈਪਟਨ ਵਿੱਚ ਦੀ ਮਸਲਾ, ਮਤਲਬ ਅਖਬਾਰਾਂ ਰਾਹੀਂ ਚੱਲਣਾ ਚੁੱਲਣਾ 'ਤੇ ਜਦੋਂ ਗੱਲ ਚੱਲੀ, ਲੋਕਾਂ ਨੂੰ ਇਸ ਗੱਲ ਦੇ ਉੱਤੇ ਵਿਸ਼ਵਾਸ ਹੋਇਆ ਵੀ ਸ਼ਾਇਦ ਗੱਲ ਸਿਰੇ ਲੱਗਣ ਵਾਲੀ ਆ, ਅਤੇ ਉਹ ਫਿਰ ਇੱਕ ਵਾਰ ਠੰਡੀ ਜਿਹੀ ਗੱਲ ਪੈ ਗਈ। ਬਾਕੀ ਵੇਖੋ, ਅਸੀਂ ਤਾਂ ਬੈਠੇ ਹਾਂ, ਸਾਨੂੰ ਤਾਂ ਇਸ ਗੱਲ ਦਾ ਕੋਈ ਮਤਲਬ ਨਹੀਂ। ਮੈਂ ਅੱਗੇ ਵੀ ਤੁਹਾਡੇ ਚੈਨਲ 'ਤੇ ਇੱਕ ਵਾਰ ਕਿਸੇ ਗੱਲ ਵੀ ਜਿਹੜਾ ਵੀ ਸਾਡੇ ਦਾ ਲੋਕਾਂ ਦਾ ਚੋਰ ਕਰਾ ਦੇਵੇ, ਇਹ ਲੋਕ ਜਿਹੜੇ ਬੈਠੇ ਨੇ ਵੇਖੋ ਸ਼ੌਂਕ ਨਾਲ ਕੋਈ ਬੈਠਾ ਨੇ, ਮਾਰੀ ਦੇ ਬੈਠੇ ਨੇ, ਸਿਰਫ ਇਸੇ ਕਰਕੇ ਕਿ ਸਾਨੂੰ ਇੱਕ ਬਹੁਤ ਤਕੜਾ ਸਾਡੇ 'ਤੇ ਧੱਕਾ ਹੋਣ ਜਾ ਰਿਹਾ, ਸਾਡੇ ਨਾਲ ਧੱਕਾ ਹੋਊਗਾ, ਜ਼ਮੀਨਾਂ ਖੁੱਸਣਗੀਆਂ, ਸਾਨੂੰ ਰੇਟ ਨਹੀਂ ਮਿਲਣੇ, ਕਿੱਧਰ ਜਾਵਾਂਗੇ, ਹੈ ਨਾ। ਜਿਹੜੀਆਂ ਸਟੇਟਾਂ 'ਚ ਪਹਿਲਾਂ ਹੈ ਆ, ਉੱਥੇ ਲੋਕਾਂ ਨੂੰ ਪਤਾ, ਲੋਕਾਂ ਦੇ ਹਾਲਾਤ ਆਪਾਂ ਵੇਖੀ ਜਾ ਕੇ, ਇਸ ਕਰਕੇ ਲੋਕ ਉੱਥੇ ਬੈਠੇ ਨੇ ਮਾਰੀ ਦੇ, ਅਤੇ ਇਹ ਉਹਨਾਂ 'ਚ ਉੱਠਦੇ ਨਹੀਂ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ। ਜਿੱਦਣ ਰੱਦ ਹੋਣਗੇ ਉੱਦਣ ਹੋਣਗੇ। ਕੈਪਟਨ ਰਸਤੇ ਹੋ ਜੇ ਤੁਸੀਂ ਇਸ ਚੀਜ਼ ਨੂੰ ਸਹਿਮਤ ਹੋ, ਕਿਉਂਕਿ ਕਈ ਕਿਸਾਨ ਆਗੂਆਂ ਦਾ ਆ ਗਿਆ ਵੀ ਕੈਪਟਨ ਰਸਤੇ ਜੇ ਹੋਊਗਾ ਤਾਂ ਅਸੀਂ ਵਿਰੋਧ ਕੈਪਟਨ ਦਾ ਵੀ ਕਰਾਂਗੇ। ਹਰ ਇੱਕ ਦਾ ਆਪੋ ਆਪਣਾ ਸਿਸਟਮ ਹੈ ਜੀ, ਮੈਂ ਨਹੀਂ ਚਾਹੁੰਦਾ ਵੀ ਜਿਹੜਾ ਕਰਾਉਂਦਾ ਉਹਦਾ ਵਿਰੋਧ ਹੋਵੇ, ਸਾਡਾ ਨੇੜ ਨਹੀਂ ਉਹਨਾਂ ਨਾਲ ਕਿਸੇ ਨਾਲ। ਮੈਂ ਇੱਕ ਗੱਲ ਕਹਿੰਦਾ ਵੀ ਸਾਡੇ ਲੋਕ ਕਾਲਾ ਚੋਰ ਕਰਾਵੇ, ਅਸੀਂ ਨਹੀਂ ਹਮਾਇਤ ਕਰਾਂਗੇ ਉਹਦੀ। ਅਸੀਂ ਫਰਜ਼ ਕਰ ਲਓ ਇਲੈਕਸ਼ਨ ਆ ਜਾਓ, ਅਸੀਂ ਨਹੀਂ ਹਮਾਇਤ ਕਰਾਂਗੇ। ਇਹ ਲੋਕਾਂ ਨੇ ਕਰਨਾ ਜੋ ਲੋਕ ਮਰਜ਼ੀ ਕਰੀ ਜਾਣ। ਅਸੀਂ ਇਹ ਗੱਲ ਕਹਿੰਦੇ ਵੀ ਕਾਲਾ ਚੋਰ ਵੀ ਕਰਾਏ, ਲੋਕ ਸਹਿਮਤੀ ਜ਼ਰੂਰ ਦੇਣਗੇ। ਆਮ ਲੋਕ ਜਿਹੜੇ ਸਹਿਮਤ ਦੇਣਗੇ, ਅਗਲੇ ਜਿਹੜਾ ਹੁਣ ਉੱਥੇ ਬੈਠਾ 11 ਮਹੀਨਿਆਂ ਦਾ ਜਾ ਕੇ ਘਰ ਦਾ ਕਾਰੋਬਾਰ ਉਹਨੇ ਛੱਡਿਆ, ਉਹ ਤਾਂ ਆਖੇਗਾ ਨਾ ਯਾਰ ਚੰਗਾ ਹੋ ਗਿਆ, ਠੀਕ ਹੈ ਕਿ ਨਹੀਂ। ਇਹ ਕਾਨੂੰਨ ਰੱਦ ਹੋਏ, ਸਾਡੀ ਜਾਨ ਛੁੱਟੀ, ਮਤਲਬ ਇਸ ਤਰ੍ਹਾਂ ਦੇ ਲੋਕ ਵੀ 50% ਉਹ ਵੀ ਹੋਣਗੇ ਲੋਕ। ਇਸ ਕਰਕੇ ਸਾਡੇ ਵੱਲ ਤਾਂ ਕਾਨੂੰਨ ਰੱਦ ਹੋਣੇ ਚਾਹੀਦੇ ਨੇ, ਕਾਨੂੰਨ ਰੱਦ ਕਰਾਏ ਜਿਹੜਾ ਮਰਜ਼ੀ ਕਰਾਏ, ਅੱਗਾ ਪਬਲਿਕ ਤੇ ਪਬਲਿਕ ਜੋ ਕਰਨਾ ਉਹ ਅਗਲੀਆਂ ਗੱਲਾਂ। ਲਾਸਟ ਇੰਨਾ ਕੁ ਦੱਸ ਦਿਓ ਕਿ ਕੱਲ੍ਹ ਝੜੂਨੀ ਦੇ ਬੇਟੇ ਨਾਲ ਗੱਲ ਹੋ ਰਹੀ ਸੀਗੀ, ਉਹ ਕੀ ਆਖਿਰਕਾਰ ਤੁਸੀਂ ਕਹੀ ਜਾਂਦੇ ਹੋ ਮਿਸ਼ਨ ਪੰਜਾਬ ਵੀ ਪੰਜਾਬ ਦੇ ਜਿਹੜੇ ਕਿਸਾਨ ਆਗੂ ਨੇ ਉਹ ਕਹਿੰਦੇ ਵੀ ਸਾਡਾ ਚੋਣ ਲੜਨਾ ਨਹੀਂ, ਅਸੀਂ ਤਾਂ ਸੰਘਰਸ਼ ਕਰਕੇ ਅੱਗੇ ਆਪਦੀਆਂ ਗੱਲਾਂ ਮਰਵਾਉਣੀਆਂ ਹੁੰਦੀਆਂ ਨੇ। ਉਹ ਕਹਿੰਦੇ ਢਿੱਡੋਂ ਝੜੂਨੀ ਦੇ ਬੇਟੇ ਨੇ ਇਹ ਗੱਲ ਕਹੀ, ਅਰਸ਼ਪਾਲ ਨੇ ਕਹਿੰਦੇ ਢਿੱਡੋਂ ਤਾਂ ਸਾਰੇ ਚਾਹੁੰਦੇ ਨੇ, ਕਹਿੰਦੇ ਪਰ ਕਿਤੇ ਨਾ ਕਿਤੇ ਸ਼ਾਇਦ ਉਹ ਡਰਦੇ ਨੇ ਵੀ ਕਿਤੇ ਸਾਡੇ 'ਤੇ ਕੋਈ ਗੱਲ ਆ ਨਾ ਜਾਵੇ। ਬਿਲਕੁਲ ਵੀ ਨਹੀਂ ਇਹੋ ਜਿਹੀ ਗੱਲ ਹੈ, ਕਿਉਂਕਿ ਡਰ ਕਾਹਦਾ। ਜੇ ਮੈਂ ਇਕੱਲਾ ਬੰਦਾ, ਫਰਜ਼ ਕਰ ਲਓ ਮੇਰੀ ਇੱਕੋ ਹੀ ਵੋਟ ਹੈ, ਮੈਨੂੰ ਕਿਸੇ ਨੇ ਪਾਣੀ ਵੀ ਨਹੀਂ, ਮੈਂ ਵੀ ਲੜ ਸਕਦਾ ਇਲੈਕਸ਼ਨ ਇਕੱਲਾ, ਭਾਵੇਂ ਵੋਟ ਇੱਕੋ ਹੀ ਨਿਕਲੇ। ਇਹ ਡਰ ਕਾਹਦਾ ਕਿਸੇ ਦਾ? ਕੋਈ ਡਰ ਨਹੀਂ, ਇਹ ਲੋਕਤੰਤਰ ਹੈ, ਇਹਦੇ ਵਿੱਚ ਹਰ ਇੱਕ ਬੰਦਾ ਇਲੈਕਸ਼ਨ ਲੜ ਸਕਦਾ। ਸਾਨੂੰ ਇੱਕੋ ਡਰ ਹੈ ਕਿ ਕਿਤੇ ਸਾਡੇ ਕਾਨੂੰਨ ਨਾ ਰਹਿ ਜਾਣ ਵਿੱਚ। ਅਸੀਂ ਇਲੈਕਸ਼ਨ ਵਾਲੇ ਬੰਨੇ ਹੋ ਜਾਓ ਸਾਰੇ, ਤੁਸੀਂ ਕਾਨੂੰਨ ਸਾਡੇ ਵਿੱਚ ਰਹਿ ਜਾਣ, ਵਿਰੋਧੀ ਸਾਡੇ ਜਿਹੜੇ ਨੇ ਉਹਨਾਂ ਨੂੰ ਮੌਕਾ ਮਿਲੂਗਾ ਵੀ ਆਹ ਵੇਖੋ ਇਹਦਾ ਪਾਰਟੀ ਬਣਾਉਣ ਵਾਸਤੇ ਗੱਲਾਂ ਕਰਦੇ ਨੇ। ਬਿਲਕੁਲ ਨਹੀਂ, ਬਿਲਕੁਲ ਨਹੀਂ, ਵੇਖੋ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਅਸੀਂ ਉਹ ਆਪਣਾ ਹਿਸਾਬ ਹੈ ਉਹਨਾਂ ਦਾ ਜੀ, ਮੇਰੇ ਨਾਲ ਵੀ ਇੱਕਦਮ ਅਸੀਂ ਇਕੱਠੇ ਸੀ, ਉਦਣ ਵੀ ਉਹਨਾਂ ਨੇ ਗੱਲ ਕੀਤੀ, ਮੈਂ ਕਿਹਾ ਉਦਣ ਵੀ ਮੈਂ ਉਹਨਾਂ ਨੇ ਗੱਲ ਕੀਤੀ ਸਭ। ਨਹੀਂ, ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ, 32 ਜਥੇਬੰਦੀਆਂ ਇਕੱਠੀਆਂ ਪੰਜਾਬ ਦੀਆਂ ਨਹੀਂ ਪੈਂਦੀਆਂ, ਦੂਜੀਆਂ ਨਹੀਂ ਇਕੱਠੀਆਂ ਹੁੰਦੀਆਂ, ਉਹਨਾਂ ਚਿਰ ਇਲੈਕਸ਼ਨ ਵਾਲੇ ਪਾਸੇ ਨੂੰ ਤੁਰਨ ਦਾ ਕੋਈ ਫਾਇਦਾ ਨਹੀਂ। ਬਹੁਤ ਧੰਨਵਾਦ। ਸ਼ਾਦੀਪੁਰ ਨੇ ਸਾਫ਼ ਤੌਰ 'ਤੇ ਕਿਹਾ, ਕਹਿੰਦੇ ਬੇਸ਼ੱਕ ਕਾਲਾ ਚੋਰ ਆ ਕੇ ਹੱਲ ਕਰਾ ਦੇ, ਹੱਲ ਹੋਣਾ ਚਾਹੀਦਾ ਕਿਉਂਕਿ ਲੋਕ ਬੜੇ ਸਮੇਂ ਦੇ ਉੱਥੇ ਬੈਠੇ ਨੇ। ਵਿੱਚ ਹੀ ਕਈ ਕਿਸਾਨ ਆਗੂਆਂ ਦੇ ਬਿਆਨ ਨੇ ਕਿ ਆਖਰ ਜੇ ਕੈਪਟਨ ਵਿੱਚ ਦੀ ਸਮਝੌਤਾ ਹੁੰਦਾ ਜਾਂ ਕੈਪਟਨ ਕੋਈ ਅੱਗੇ ਗੱਲ ਕੋਈ ਬਾਤ ਕਰਵਾਉਂਦੇ ਨੇ ਤਾਂ ਅਸੀਂ ਵਿਰੋਧ ਕਰਾਂਗੇ। ਹੁਣ ਗੱਲ ਇਹ ਕਿ ਆਖਰਕਾਰ ਕਿਸਾਨ ਆਗੂ ਅੱਡ ਅੱਡ ਸੋਚ ਲੈ ਕੇ ਕਿਉਂ, ਭਾਵੇਂ ਇੱਕ ਬੈਨਰ ਦੇ ਤਲੇ ਉੱਥੇ ਜੇ ਦੇਖਿਆ ਜਾਵੇ ਸੰਘਰਸ਼ ਬੜੇ ਲੰਬੇ ਸਮੇਂ ਤੋਂ ਚੱਲ ਰਿਹਾ, ਉਗਰਾਹਾਂ ਵੀ ਬੇਸ਼ੱਕ ਨਾਲ ਨਹੀਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਆਉਂਦੇ ਨੇਗੇ, ਭਾਵੇਂ ਪੰਜਾਬ ਦੀ ਜਥੇਬੰਦੀਆਂ ਦੇ ਵਿੱਚ ਉਹ ਨਾਲ ਨਹੀਂ ਚੱਲਦੇ, ਆਪਣਾ ਅਲੱਗ ਚਲਾਉਂਦੇ ਨੇ, ਪਰ ਦੇਖਿਆ ਜਾਵੇ ਹਾਲਾਤ। ਹੁਣ ਜੇ ਦੇਖੀਏ ਕਿ ਝੜੂਨੀ ਜਿਸ ਤਰ੍ਹਾਂ ਦੇ ਨਾਲ ਬਿਆਨ ਦਿੰਦੇ ਨੇ ਉਹਨਾਂ ਦੇ ਬੇਟੇ ਨੇ ਦਿੱਤਾ, ਉੱਥੇ ਹੀ ਸ਼ਾਦੀਪੁਰ ਸਾਹਿਬ ਤੌਰ 'ਤੇ ਕਹਿੰਦੇ ਸਾਡੀ ਸਥਿਤੀ ਇਹ ਨਹੀਂ, ਲੋਕ ਸਾਡੇ 'ਤੇ ਟੈਗ ਨਾ ਲਾ ਦੇਣ ਕਿ ਅਸੀਂ ਪਾਰਟੀ ਬਣਾਉਣ ਕਰਕੇ ਖੜੇ ਸੀ, ਪਰ ਗੱਲ ਇਹੀ ਵੀ ਮਸਲਾ ਹੱਲ ਹੋਊਗਾ ਕਿਵੇਂ, ਕਿਉਂਕਿ ਦੀਵਾਲੀ ਨੇੜੇ ਦੀ ਗੱਲਾਂ ਕਹਿੰਦੇ ਸੀ, ਹੁਣ ਉਹ ਵੀ ਜਾਂਦੀਆਂ ਦਿਖ ਰਹੀਆਂ ਨੇ। ਸੀਨੀਅਰ ਵਿਡੀਓ ਜਰਨਲਿਸਟ ਕਮਲ ਦੇ ਨਾਲ ਸੁਮਿਤ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਦੀਵਾਲੀ ਨੇੜੇ ਕਹਿੰਦੇ